ਦੇਸ਼ ਦੇ ਲੋਕ ਜਦੋਂ ਮੋਦੀ ਮੋਦੀ ਸਰਕਾਰ ਦਾ ਰੌਲਾ ਪਾ ਰਹੇ ਸੀਗੇ ਤੇ ਪੰਜਾਬ ਚ ਕਾਂਗਰਸ ਆਈਆਂ ਸੀਟਾਂ ਦੀ ਗੱਲ ਕਰ ਰਹੀ ਸੀ ਉਦੋਂ ਫਰੀਦਕੋਟ ਦੇ ਵਿੱਚ ਜਸਪਾਲ ਦੀ ਮੌਤ ਤੋਂ ਬਾਅਦ ਇਨਸਾਫ ਦੀ ਮੰਗ ਨੂੰ ਲੈ ਕੇ ਹਰ ਪਾਸੇ ਚਰਚਾ ਸੀ ਪਰਿਵਾਰ ਦੇ ਨਾਲ ਲੋਕ ਜੁੜੇ ਦੂਰੋਂ ਦੂਰੋਂ ਲੋਕ ਆਏ ਇੱਥੇ ਧਰਨੇ 'ਚ ਬੈਠੇ ਕੈਂਡਲ ਲਾਈਟ ਕੈਂਡਲ ਮਾਰਚ ਹੋਇਆ ਤੇ ਉਸ ਤੋਂ ਬਾਅਦ ਸਵਾਲ ਇਹ ਆਇਆ ਕਿ ਇੱਕ ਬੰਦਾ ਮਿਸਿੰਗ ਹੈ ਉਹ ਬੰਦਾ ਕੋਈ ਹੋਰ ਨਹੀਂ ਫਰੀਦਕੋਟ ਦੇ ਵਿਧਾਇਕ ਕਿੱਕੀ ਢਿੱਲੋਂ ਸੀ ਬੜਾ ਵੱਡਾ ਸਵਾਲ ਹੈ ਇੰਨੀ ਵੱਡੀ ਘਟਨਾ ਹੋ ਜਾਂਦੀ ਹੈ ਪੁਲਿਸ ਜਿਹੜੀ ਉਹਦੇ ਤੇ ਸਵਾਲ ਉੱਠ ਰਹੇ ਐ ਨੌਜਵਾਨ ਨੂੰ ਮਾਰ ਕੇ ਨਹਿਰ ਚ ਸੁੱਟ ਦਿੱਤਾ ਜਾਂਦਾ ਹੈ ਲਾਸ਼ ਹਾਲੇ ਤੱਕ ਨਹੀਂ ਲੱਭੀ ਗਈ ਤੇ ਵਿਧਾਇਕ ਸਾਹਿਬ ਜਿਹੜੇ ਐ ਹੁਣ ਤੱਕ ਦਿਸੇ ਵੀ ਨਹੀਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੀ ਦੂਰ ਦੀ ਗੱਲ ਹੈ ਉਹਨਾਂ ਦਾ ਬਿਆਨ ਤੱਕ ਨਹੀਂ ਆਉਂਦਾ ਔਰ ਉਹ ਇੱਥੇ ਧਰਨੇ ਤੇ ਵੀ ਨਹੀਂ ਆਉਂਦੇ ਐਕਸ਼ਨ ਕਮੇਟੀ ਦੇ ਲੋਕ ਸਾਡੇ ਨਾਲ ਨੇ ਢਿੱਲੋਂ ਸਾਹਿਬ ਨਜ਼ਰ ਆਈਏ ਥੇ ਆਏ ਜਾਂ ਕੋਈ ਫੋਨ ਆਇਆ ਤੁਹਾਨੂੰ ਇਹ ਸਾਰੇ ਮਸਲੇ ਦੇ ਵਿੱਚ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਗੈਰਹਾਜ਼ਰ ਰਹੇ ਗੈਰਹਾਜ਼ਰੀ ਨਹੀਂ ਰਹੇ ਜਦੋਂ ਪੀੜਤ ਪਰਿਵਾਰ ਦਾ ਜਿਹੜਾ ਨਾਨਕਾ ਪਰਿਵਾਰ ਆ ਉਹ ਕੁਸ਼ਲਦੀਪ ਸਿੰਘ ਢਿੱਲੋਂ ਦਾ ਹਮਾਇਤੀ ਸੀਗਾ ਉਹ ਖੁਦ ਉਹਨਾਂ ਦੇ ਕੋਲ ਮਦਦ ਲਈ ਵਾਸਤੇ ਗਏ ਪਰ ਉਹਨਾਂ ਨੇ ਮਦਦ ਤੋਂ ਇਨਕਾਰ ਕਰਤਾ ਹੂੰ ਉਸ ਤੋਂ ਬਾਅਦ ਜਦੋਂ ਜਸਪਾਲ ਸਿੰਘ ਦਾ ਕਤਲ ਹੋ ਜਾਂਦਾ ਉਹਦੀ লাশ ਖੁਰਦਪੁਰਦ ਹੋ ਜਾਂਦੀ ਆ ਤਾ ਅਸੀਂ ਸਾਰੀਆਂ ਸੰਘਰਸ਼ੀਲ ਜਥੇਬੰਦੀਆਂ ਮਿਲ ਕੇ ਇੱਥੇ ਐਕਸ਼ਨ ਕਮੇਟੀ ਬਣਾਈ ਆ। ਕੱਲ ਸਾਦਕ ਕਸਬੇ ਦੇ ਲੋਕਾਂ ਨੇ ਉੱਥੋਂ ਦੇ ਵਪਾਰ ਮੰਡਲ ਨੇ ਤੇ ਹੋਰ ਜਥੇਬੰਦੀਆਂ ਨੇ ਮਿਲ ਕੇ ਸੱਦਾ ਦਿੱਤਾ ਕਿ ਸਵੇਰ 11 ਵਜੇ ਤੱਕ ਸਾਦਕ ਕਸਬਾ ਬੰਦ ਰੱਖਿਆ ਜਾਊਗਾ। ਹੂੰ ਤਾਂ ਕਿੱਕੀ ਢਿੱਲੋ ਉਹ ਪ੍ਰੈਸ਼ਰ ਪਾ ਕੇ ਲੋਕਾਂ ਤੇ ਉਹ ਜਿਹੜਾ ਬੰਦ ਦਾ ਸੱਦਾ ਉਹ ਵਾਪਸ ਪਵਾਉਂਦੇ ਹੈਗੇ ਆ। ਪਰ ਫਿਰ ਵੀ ਅਸੀਂ ਸਾਦਕ ਪ੍ਰਦਰਸ਼ਨ ਕੀਤਾ। ਦੂਸਰਾ ਕਿ ਉਹ ਪਿੰਡਾਂ ਦੇ ਵਿੱਚ ਕਾਂਗਰਸੀ ਲੀਡਰਾਂ ਨੂੰ ਹੂੰ ਔਰ ਆਪਣੇ ਸਰਪੰਚਾਂ ਨੂੰ ਫੋਨ ਕਰ ਰਹੇ ਕਿ ਲੋਕਾਂ ਨੂੰ ਧਰਨੇ 'ਚ ਜਾਣ ਤੋਂ ਵਰਜੋ। ਵੀ ਪੀੜਤ ਜਿਹੜਾ ਨਾਨਕਾ ਪਰਿਵਾਰ ਸੀ ਇਹਨਾਂ ਦਾ ਜਸਪਾਲ ਸਿੰਘ ਦਾ ਉਹਦਾ ਹਮੈਤੀ ਸੀ ਉਹਨਾਂ ਦੇ ਪੱਖ 'ਚ ਖੜਨ ਦੀ ਬਜਾਏ ਸਗੋਂ ਦੋਸ਼ੀਆਂ ਦੇ ਪੱਖ 'ਚ ਖੜ ਰਹੇ ਆ ਔਰ ਇਹ ਸੰਘਰਸ਼ ਨੂੰ ਤਾਰਪੀਡੋ ਕਰਨ ਵਾਸਤੇ ਕਾਰਨ ਇਹਦਾ ਕਾਰਨ ਕੀ ਹੋ ਸਕਦਾ ਹੈ ਕਾਰਨ ਵਿਧਾਇਕ ਕਿਉਂ ਚਾਹ ਰਿਹਾ ਹੈ ਇਹਦੇ ਵਿੱਚ ਕੀ ਐਸਾ ਸਵਾਲ ਹੈ ਕਿ ਵਿਧਾਇਕ ਚਾਹ ਰਿਹਾ ਵੀ ਇਹ ਤਾਰਪੀਡੋ ਹੋ ਜੇ ਲੋਕ ਇੱਥੋਂ ਉੱਠ ਜਾਣ ਇਹ ਤਾਂ ਅਸੀਂ ਜਦੋਂ ਕਹਿੰਨੇ ਕਿ ਜਦੋਂ ਇਹ ਸਾਰੇ ਮਾਮਲੇ 'ਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਅਨਸੁਲਝੀਆਂ ਗੱਲਾਂ ਨੇ ਕਿ ਜੇਦੀ ਜੁਡੀਸ਼ੀਅਲ ਇਨਕੁਆਇਰੀ ਹੋਊਗੀ ਸਾਰੀ ਗੱਲ ਸਪਸ਼ਟ ਹੋਊਗੀ ਪਰ ਅਸੀਂ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਕਿ ਫਰੀਦਕੋਟ ਦੇ ਵਿੱਚ ਪਹਿਲਾਂ ਵੀ ਅਸੀਂ ਬਹੁਤ ਸਾਰੀਆਂ ਸਟਰਗਲ ਜਿਹੜੀਆਂ ਲੜੀਆਂ ਭਾਵੇਂ ਇੱਥੋਂ ਦੀ ਨਵਾਲਗ ਬੱਚੀ ਵਾਲਾ ਮਾਮਲਾ ਸੀ ਹੋਰ ਇਸ ਤੋਂ ਪਹਿਲਾਂ ਵੀ ਫਰੀਦਕੋਟ ਦੇ ਕਿਸੇ ਵੀ ਸਿਆਸੀ ਲੀਡਰ ਨੇ ਜਦੋਂ ਗੁੰਡਿਆਂ ਦੀ ਪੁਸ਼ਤ ਪਨਾਹੀ ਕੀਤੀ ਆ ਤੇ ਉਹਦਾ ਸਿਆਸੀ ਅਸ਼ਰ ਸਾਰਿਆਂ ਦੇ ਸਾਹਮਣੇ ਆ ਸਾਨੂੰ ਇਹ ਲੱਗਦਾ ਕਿ ਕਿੱਕੀ ਢਿੱਲੋ ਸਿਆਸੀ ਤੌਰ ਤੇ ਖੁਦਕੁਸ਼ੀ ਦੀ ਤਿਆਰੀ ਕਰ ਰਿਹਾ ਏ ਸਪੀੜਿਤ ਪਰਿਵਾਰ ਦੇ ਖਿਲਾਫ ਖੜ ਕੇ ਪਰ ਵੱਡਾ ਸਵਾਲ ਇਹ ਹੁੰਦਾ ਕਿ ਸੁਖਪਾਲ ਖਹਿਰਾ ਆਏ ਉਸ ਦਿਨ ਬੀਬੀ ਪਰਮਜੀਤ ਖਾਲੜਾ ਆਏ ਉਸ ਤੋਂ ਬਾਅਦ ਕੋਈ ਨਹੀਂ ਦੱਸਿਆ ਇੱਥੇ ਆ ਕੇ ਕੀ ਮਾਮਲਾ ਪੋਲਿਟੀਕਲਾਈਜ਼ ਹੋ ਰਿਹਾ ਹੈ ਜਾਂ ਮਾਮਲੇ ਨੂੰ ਹੋਰ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਵੀ ਸਹਿਮਤਾ ਵੀ ਉਹ ਨਹੀਂ ਆਏਗੇ ਹਰੇਕ ਪੋਲਿਟੀਕਲ ਪਾਰਟੀ ਦੇ ਆਪ ਦੇ ਆਪ ਦੇ ਇੰਟਰਸਟ ਹੁੰਦੇ ਨੇ ਹੂੰ ਉਹ politcal parties ਅਸੀਂ ਇਹ ਸਾਰਾ ਕੁਝ ਅਰਸ਼ਦੀਪ ਕਾਂਟ ਜਿਹੜਾ ਮੋਗੇ ਵਾਪਰਿਆ ਉਹਦੇ ਵਿੱਚ ਵੀ ਵੇਖਿਆ ਸਾਰੀਆਂ ਪਾਰਟੀਆਂ ਹੀ ਉੱਥੇ ਗਈਆਂ ਪਰ ਐਕਚੁਅਲੀ ਉੱਥੇ ਜਿਹੜੀ ਲੜਾਈ ਲੜੀ ਜਾ ਰਹੀ ਸੀ ਉਹ ਜਥੇਬੰਦਕ ਤੌਰ ਦੇ ਉੱਤੇ ਲੋਕ ਲੋਕ ਖੇਤੀ ਜਥੇਬੰਦੀਆਂ ਲੜ ਰਹੀਆਂ ਸੀਗੀਆਂ ਉਹ politcal parties ਥੋੜਾ ਸਮਾਂ ਆਉਂਦੀਆਂ ਨੇ ਚਲੀਆਂ ਜਾਂਦੀਆਂ ਨੇ ਵਿੱਚ ਇਲੈਕਸ਼ਨ ਵੀ ਆ ਗਿਆ 23 ਤਰੀਕ ਦੀਆਂ ਗਿਣਤੀ ਸੀਗੀ ਕੁਝ ਉਹਨਾਂ ਨੂੰ ਲੈ ਕੇ ਉਹਨਾਂਦਰ ਜਿਵੇਂ ਹੋ ਸਕਦੇ ਨੇ ਪਰ ਉਸ ਤੋਂ ਬਾਅਦ ਇੱਥੇ ਉਹਨਾਂ ਦੀ ਜਿਹੜੀ ਉਹ ਪ੍ਰੈਜ਼ੈਂਸ ਨਹੀਂ ਹਾਈ ਇਹਦੇ ਵਿੱਚ ਪਰ ਸਵਾਲ ਹੈ ਨਾ ਕਿ ਵਿਧਾਇਕ ਹੋਣ ਲੋਕਲ ਤੇ ਉਹ ਹੀ ਨਾ ਪਹੁੰਚਣ ਕਾਂਗਰਸ ਦੀ ਸਰਕਾਰ ਹੋਵੇ ਮੁੱਖ ਮੰਤਰੀ ਦਾਵਾ ਕਰਦੇ ਆ ਕਿ ਸਾਡੇ ਨਾਲੋਂ ਵਧੀਆ ਸਰਕਾਰ ਕੋਈ ਨਹੀਂ ਦੇ ਸਕਦਾ ਤੇ ਸਵਾਲ ਤਾਂ ਹੋਣਗੇ ਬਿਲਕੁਲ ਮੈਂ ਇਸ ਗੱਲ ਨਾਲ ਤੁਹਾਡੀ ਨਾਲ ਸਹਿਮਤ ਆ ਵੀ ਉਹ ਆਪਦੀ ਇੱਕ ਆਰਗੂਮੈਂਟ ਰੱਖਦੇ ਨੇ ਲੋਕਾਂ ਦੇ ਵਿੱਚ ਵੀ ਸਾਡੀ ਸਰਕਾਰ ਬਹੁਤ ਚੰਗੀ ਆ ਉਹ ਪਾਰਟੀ ਹਰ ਇੱਕ ਰੱਖਦੀ ਇੱਥੇ ਸਿਆਸੀ ਪਾਰਟੀ ਦਾ ਆਪ ਦਾ ਕਹਿਤ ਹੁੰਦਾ ਪਰ ਉਹਦੇ ਨਾਲ ਉਹ ਪਾਰਟੀ ਦੀ ਜਿਹੜੀ ਸਮਾਜ ਦੇ ਵਿੱਚ ਇੱਕ ਭੂਮਿਕਾ ਬੰਦੀ ਆ ਕਿਸ ਕਿਸਮ ਦੇ ਲੋਕਾਂ ਦੇ ਹਿੱਤਾਂ ਦੇ ਵਿੱਚ ਖੜਦੀ ਆ ਉਹ ਗੁੰਡਿਆਂ ਨੂੰ ਪਨਾਹ ਦਿੰਦੀ ਆ ਬੂਥ ਕੈਪਚਰਿੰਗ ਕਰਾਉਂਦੀ ਆ ਤਾਂ ਉਹਦਾ ਕਿਰਦਾਰ ਇੱਕ ਮਾੜੀ ਜਿਹੜੀ ਕਿਸਮ ਦੇ ਲੋਕਾਂ ਨਾਲ ਹੁੰਦਾ ਉਹਨਾਂ ਦੀ ਪੁਸ਼ਤ ਪਨਾਹੀ ਕਰਦੀ ਆ ਉਹਨਾਂ ਦੇ ਮਗਰ ਖੜ ਕੇ ਉਹਨਾਂ ਨੂੰ ਸਪੋਰਟ ਕਰਦੀ ਆ ਉਹ ਤੁਹਾਡੇ ਤੇ ਪ੍ਰੈਸ਼ਰ ਆਇਆ ਕਿ ਤੁਸੀਂ ਇੱਥੋਂ ਉੱਠ ਜਾਓ ਐਸੀ ਹਾਲੇ ਤੱਕ ਕੋਈ ਗੱਲ ਆਈ ਡਾਇਰੈਕਟ ਤਰੀਕੇ ਨਾਲ ਕੀਤਾ ਜਾ ਰਿਹਾ ਨਹੀਂ ਦੇਖੋ ਇੰਡਾਇਰੈਕਟ ਤਰੀਕਾ ਕੀਤਾ ਜਾ ਰਿਹਾ ਸਾਡੇ ਤੇ ਭਾਵੇਂ ਪ੍ਰੈਸ਼ਰ ਪਾਉਣ ਅਸੀਂ ਪ੍ਰੈਸ਼ਰ ਮੰਨਦੇ ਨਹੀਂ ਹਕੀਕਤ ਇਹ ਪ੍ਰੂਵ ਕਰ ਚੁੱਕੇ ਸੀ ਪਹਿਲੀਆਂ ਸਟਰਗਲਾਂ ਦੇ ਵਿੱਚ ਜਿਹੜੀ ਗੱਲ ਕਿੱਕੀ ਢਿੱਲੋ ਦੀ ਹੈਗੀ ਆ ਕਿ ਜਿਹੜੇ ਇੱਥੋਂ ਦੇ ਸਿਆਸੀ ਲੀਡਰ ਹੈਗੇ ਆ ਉਹ ਭੋਗਾਂ ਤੇ ਤਾਂ ਪਹੁੰਚ ਜਾਂਦੇ ਆ ਜੇ ਉਹਨਾਂ ਨੂੰ ਇਨਾ ਅਫਸੋਸ ਹੁੰਦਾ ਕਿ ਭੋਗ ਤੇ ਸ਼ਰਧਾਂਜਲੀ ਦੇਣ ਜਾਂਦੇ ਹੈਗੇ ਆ ਤੇ ਫਿਰ ਬੱਚੇ ਦੀ Laash ਨਹੀਂ ਮਿਲ ਰਹੀ ਇੱਥੇ ਕਿਉਂ ਨਹੀਂ ਆ ਰਹੇਗੇ ਉਹ ਇਹ ਵੀ ਤਾਂ ਦੁੱਖ ਦੀ ਘੜੀ ਆ ਪਰ ਕਿਉਂਕਿ ਉਹ ਉਹਨਾਂ ਨੂੰ ਸਿਰਫ ਕੱਟ ਚਾਹੀਦੇ ਆ ਜਿਹੜੇ ਉਹਦੇ ਫੇਵਰ ਚ ਹੋਣ ਇਸ ਮਾਮਲੇ ਚ ਉਹਨਾਂ ਦਾ ਕਰਦਾਰ ਸ਼ੱਕੀ ਹੈ ਕਿ ਵੋਟਾਂ ਵੀ ਮੁੱਕ ਗਈਆਂ ਨਾ ਵੋਟਾਂ ਤੋਂ ਪਹਿਲਾਂ ਹੁੰਦਾ ਤਾਂ ਸ਼ਾਇਦ ਪਹੁੰਚ ਜਾਂਦੇ ਬਿਲਕੁਲ ਜੀ ਬਿਲਕੁਲ ਵੋਟਾਂ ਇਹਨਾਂ ਨੇ ਕਿਹ ਕਿਹਟ ਨੂੰ ਵੋਟਾਂ ਪਵਾਈਆਂ ਪਾਸਾ ਲੋੜ ਹੈ ਨਹੀਂ ਨਾ ਕਿਸੇ ਨੂੰ ਬਿਲਕੁਲ ਜੀ ਬਿਲਕੁਲ ਇਹ ਗੱਲ ਠੀਕ ਹੈਗੀ ਹੈ ਪਰ ਇੱਕ ਵੱਡਾ ਸਵਾਲ ਇਹ ਹੈ ਕਿ ਕੀ ਸਿਰਫ ਸੋਸ਼ਲ ਮੀਡੀਆ ਤੇ ਜਿੰਨੀ ਚਰਚਾ ਹੋਈ ਉਹਨੇ ਲੋਕ ਇੱਥੇ ਵੀ ਪਹੁੰਚੇ ਹੈ ਨਹੀਂ ਜੀ ਬਿਲਕੁਲ ਨਹੀਂ ਇਹ ਸਾਡੇ ਪੰਜਾਬ ਦੀ ਇੱਕ ਬਹੁਤ ਵੱਡੀ ਵੱਡੀ ਸਮੱਸਿਆ ਸਾਡੀ ਇੱਕ ਸਾਡੇ ਪੰਜਾਬ ਦੀ ਨੌਜਵਾਨੀ ਦੀ ਵੀ ਉਹਨਾਂ ਨੂੰ ਬਹੁਤ ਕਹੀ ਰਹੀ ਇਹ ਹੁੰਦਾ ਵੀ ਉਹਨਾਂ ਨੂੰ ਸਾਰੀ ਦੁਨੀਆ ਦਿਸਦੀ ਫੇਸਬੁੱਕ ਵਿੱਚ ਦੀ ਉਹਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਦੁਨੀਆ ਦਿਸਦੀ ਆ ਐਕਚੁਅਲੀ ਜੋ ਸਮਾਜ ਦੀ ਹਾਲਤ ਹੁੰਦੀ ਆ ਉਹ ਹੋਰ ਕਿਸਮ ਦੀ ਹੁੰਦੀ ਆ ਅਸੀਂ ਆਪਣੇ ਘਰੋਂ ਬੈਠੇ ਲਾਈਕ ਕਰਕੇ ਜਾਂ ਇੱਕ ਉਹ ਪੱਦੇ ਜੇ ਮੂੰਹ ਵਾਲਾ ਇਮੋਜੀ ਦੇ ਕੇ ਅਸੀਂ ਆਪਦਾ ਰੋਸ ਪ੍ਰਗਟ ਕਰਕੇ ਘਰੇ ਬੈਠ ਜਾਂਦੇ ਆ ਪਰ ਲੜਾਈ ਦੇ ਵਿੱਚ ਨਹੀਂ ਆ ਕੇ ਅਸੀਂ ਡਟਦੇ ਅਸੀਂ ਫੇਸਬੁੱਕ ਦੇ ਉੱਤੇ ਹੀ ਸਾਰਾ ਕੁਝ ਤੈਅ ਕਰਨਾ ਮੈਥ ਲਿਆ ਹੈ ਅਸੀਂ ਹੂੰ ਲੜਾਈ ਤੋਂ ਦੂਰਾਂ ਸੀ 29 ਮਈ ਨੂੰ ਅਸੀਂ ਐਸਐਸਪੀ ਦਫ਼ਤਰ ਅੱਗੇ ਸਾਹਮਣੇ ਇੱਕ ਵੱਡਾ ਇਕੱਠ ਰੱਖਿਆ 24 ਤਰੀਕ ਤੋਂ 28 ਮਈ ਤੱਕ ਅਸੀਂ ਪੂਰੇ ਪੰਜਾਬ ਦੀਆਂ ਸਾਰੀਆਂ ਜਥੇਬੰਦੀ ਨੂੰ ਸੱਦਾ ਦਿੱਤਾ ਸਾਰੇ ਸੰਘਰਸ਼ੀ ਲੋਕਾਂ ਨੂੰ ਕਿ ਪਿੰਡਾਂ 'ਚ ਸਰਕਾਰ ਦੀਆਂ ਤੇ ਫਰੀਦਕੋਟ ਪੁਲਿਸ ਦੀਆਂ ਅਰਥੀਆਂ ਫੂਕੋ ਔਰ 29 ਮਈ ਨੂੰ ਅਸੀਂ ਵੱਡਾ ਇਕੱਠ ਇੱਥੇ ਕਰਨ ਜਾ ਰਹੇ ਹੈਗੇ ਆ ਕਿ ਕਿਕੀ ਟਿਲੂ ਨੂੰ ਰੋਕਣਾ ਚਾਹੁੰਦੇ ਆ ਪਰ ਪੰਜਾਬ ਦੇ ਲੋਕ ਫਰੀਦਕੋਟ ਦੇ ਲੋਕੇ ਦਰਸਾ ਦੇਣਗੇ ਜਦੋਂ ਇੱਥੇ ਹਜ਼ਾਰਾਂ ਦੀ ਗਿਣਤੀ 'ਚ 29 ਤਰੀਕ ਨੂੰ ਪਹੁੰਚਣਗੇ ਕਿ ਉਹ ਪੀੜਤ ਪਰਿਵਾਰ ਦੇ ਨਾਲ ਖੜੇ ਨੇ ਠੀਕ ਹੈ 29 ਤਰੀਕ ਨੂੰ ਕਹਿ ਰਹ ਉਦੋਂ ਤੱਕ ਜੋ ਮੰਗਾ ਨੇ ਮੁਖ ਕਿ ਜਿਹੜੇ ਮੁੱਖ ਦੋਸ਼ੀ ਨੇ ਉਹਨਾਂ ਤੇ ਪਰਚਾ ਹੋਵੇ ਦੂਜੀ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਬੱਚੇ ਦੀ ਬਾਡੀ ਮਿਲੇ ਸਾਨੂੰ লাশ ਮਿਲੇ ਨਹੀਂ ਤਾਂ 29 ਤਰੀਕ ਨੂੰ ਫਰੀਦਕੋਟ ਦੇ ਉੱਤੇ ਮੈਸਿਵ ਕੱਟ ਕਰਨ ਦੀ ਗੱਲ ਐਕਸ਼ਨ ਕਮੇਟੀ ਕਹਿ ਰਹੀ ਹੈ ਕਿ ਕਿੱਕੀ ਢਿੱਲੋਂ ਨਹੀਂ ਪਹੁੰਚੇ ਇਹਨਾਂ ਨੂੰ ਅਫਸੋਸ ਹੈ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਦੋਸ਼ ਕਿੱਕੀ ਢਿੱਲੋਂ ਦੇ ਉੱਤੇ ਹੈ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨ ਜੂਤ ਸਿੰਘ ਡੇਲੀ ਪੋਸਟ ਫਰੀਦਕੋਟ धरती से जुड़ा खेल कबड्डी पे पे उठक पटक, चाल चाल, जैसे एनर्जी का डबल धमाल मुझे प्यार है इस गेम से खुशी है इस बात की यह गेम बदलेगा तेरह में से देखिए इंडो इंटरनेशनल प्रीमियर कबड्डी लीग जहां होगी हुनर की टक्कर जज्बे से ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ ਜੀਆਈਸੀ ਦੀ ਫੀਸ ਨਹੀਂ ਵੱਧ ਰਹੀ ਇਫੈਕਟਿਵ 1 ਅਪ੍ਰੈਲ ਤੋਂ ਜੀਆਈਸੀ ਦੀ ਫੀਸ 10200 ਹੀ ਰਹੇਗੀ ਸੋ ਜੇ ਤੁਸੀਂ ਸੈਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 92563 92563